ਇੱਕ ਨਾ ਬਈ ਸ਼ਰੀਕ ਕਿਉਂ ਕਿਹਾ ਜਾਂਦਾ? ਬਈ ਸ਼ਰੀਕ ਨਾ ਅਸਲ ਚ ਕੋਈ ਸ਼ਬਦ ਹੈ ਹੀ ਨਹੀਂ, ਕੋਈ ਚੀਜ਼ ਹੈ ਨਹੀਂ ਸ਼ਰੀਕ ਨਾਮ, ਇਹਦਾ ਸਿਰਫ ਇੱਕ ਲੋਕਾਂ ਨੇ ਸ਼ਬਦ ਬਣਾਤਾ ਆਪਦੇ ਭੈਣ ਭਰਾਵਾਂ ਨੂੰ ਨੀਵਾਂ ਦਿਖਾਉਣ ਵਾਸਤੇ। ਯਾਰ ਤੂੰ ਮੈਨੂੰ ਇੱਕ ਗੱਲ ਦੱਸ ਬਈ, ਸ਼ਰੀਕ ਬੰਦਾ ਵਿਆਹ ਤੋਂ ਬਾਅਦ ਹੀ ਕਿਉਂ ਬਣਦਾ, ਪਹਿਲਾਂ ਕਿਉਂ ਨਹੀਂ ਬਣਦਾ? ਤੂੰ ਸੋਚਦੇ, ਤੁਸੀਂ ਵੀ ਭੈਣ ਭਰਾ ਦੋ ਭਰਾ ਹਨ, ਅਸੀਂ ਤਿੰਨ ਭੈਣ ਭਰਾ ਸੀ, ਹਾਂ ਕਿਹੜਾ ਭੈਣ ਭਰਾ ਜਿਹੜਾ ਕਦੇ ਨਹੀਂ ਲੜਿਆ ਯਾਰ ਜ਼ਿੰਦਗੀ 'ਚ? ਬਹੁਤ ਲੜਦੇ ਹਾਂ, ਹਰ ਇੱਕ ਹੁਣ ਲੜਦਾ ਵੀ ਨਾ, ਲੜਦੇ ਉਦੋਂ ਹਾਂ। ਪਹਿਲਾਂ ਆਪਾਂ ਕੁੱਟਮਾਰ ਵੀ ਕਰਦੇ ਹਾਂ, ਇੱਕ ਦੂਜੇ ਨੂੰ ਕੁੱਟ ਵੀ ਲੈਂਦੇ ਹਨਾ, ਕੋਈ ਇਹ ਸ਼ਬਦ ਦਾ ਨਾਂ ਨਹੀਂ ਹੁੰਦਾ, ਕਿਉਂਕਿ ਘਰ ਦੇ ਕਹਿ ਦਿੰਦੇ ਵੀ ਯਾਰ ਉਹ ਤੇਰਾ ਵੱਡਾ ਭਰਾ ਸੀ, ਉਹ ਤੇਰਾ ਛੋਟਾ ਭਰਾ ਸੀ, ਉਹ ਵੱਡੀ ਭੈਣ ਸੀ, ਛੋਟੀ ਭੈਣ ਸੀ, ਸੋ ਤਰ੍ਹਾਂ ਨਾਲ ਆਪਾਂ ਟਕਿਆ ਜਾਂਦੇ ਹਨਾ। ਜਦੋਂ ਵਿਆਹ ਹੋ ਜਾਂਦਾ ਉਦੋਂ ਹੀ ਸ਼ਰੀਕ ਸ਼ਬਦ ਜਨਮ ਕਿਉਂ ਲੈਂਦਾ, ਕਿਉਂਕਿ ਉਸ ਤੋਂ ਬਾਅਦ ਤੂੰ ਐਂ ਲਾ ਲਾ ਵੀ ਜੇ ਤੈਨੂੰ ਥੋੜ੍ਹਾ ਜਿਹਾ ਵੀ ਮੈਨੂੰ ਜਾਂ ਮੇਰਾ ਭਰਾ ਬੋਲੇ ਜਾਂ ਕੁਛ ਵੀ ਹੈ ਤਾਂ ਮੈਨੂੰ ਘਰੋਂ ਇਹ ਕਿਹਾ ਜਾਊ ਵੀ ਯਾਰ ਸ਼ਰੀਕ ਆਪਣਾ, ਕਿਉਂ ਉਹਨੇ ਬੋਲਿਆ ਐਂ ਵੀ ਕਿਉਂ ਸ਼ਰੀਕ ਬੋਲਿਆ, ਹੈ ਸ਼ਰੀਕ ਹੈ ਇਹ। ਵੀ ਤੂੰ ਕਿਉਂ ਨਹੀਂ ਬੋਲਿਆ ਉੱਥੇ? ਹਾਂ, ਸ਼ਰੀਕ ਸ਼ਬਦ ਨੂੰ ਨਾ ਜਨਮ ਦੇ ਨਾਲ ਇੱਕ ਪਾਸਾ ਨਹੀਂ ਹੁੰਦਾ, ਦੋਨੇ ਹੱਥਾਂ ਨਾਲ ਤਾੜੀ ਵੱਜਦੀ ਹੈ ਬਾਈ। ਤੇ ਹਾਲਾਂਕਿ ਆਪਣੇ 'ਚ ਚਲੋ ਮੈਂ ਆਪਦੀ ਗੱਲ ਦੱਸਦਾ ਵੀ ਸਾਡੇ ਸ਼ਰੀਕੇ ਵਾਲਾ ਹਜੇ ਤੱਕ ਕੋਈ ਕੰਮ ਨਹੀਂ, ਪਰਮਾਤਮਾ ਨੇ ਐਵੇਂ ਦਾ ਕੁਛ ਨਹੀਂ ਵੀ ਜੇ ਬੋਲ ਵੀ ਜਾਂਦਾ ਤਾਂ ਮੈਂ ਹੀ ਜਾ ਉਹਨੂੰ ਝੂਟਦਾ ਕਰਦਾ ਰਹਿਣਾ, ਨਾਲੇ ਵੱਡਾ ਹਾਲਾਂਕਿ ਤੂੰ ਵੀ ਦੇਖਿਆ ਜਾ ਵੀ ਮੈਂ ਉਹਨੂੰ ਹਾਂ ਟੋਕ ਵੀ ਦਿੰਦਾ, ਰੋਕਦਾ ਵੀ, ਉਹਨੂੰ ਗਾਲ ਵੀ ਕੱਢ ਦਿੰਦਾ ਜੇ ਬੋਲਿਆ ਨਾ, ਬੋਲ ਵੀ ਪੈਂਦਾ। ਤੇ ਯਾਰ ਨਾ ਬਣਾ ਕੇ ਰੱਖਿਆ ਕਰੋ ਬਾਈ ਇਹਨਾਂ ਚੀਜ਼ਾਂ ਤੋਂ, ਤੁਸੀਂ ਕੀ ਲੈਣਾ ਯਾਰ ਆਪਾਂ ਨੇ ਹਨਾ? ਦੇਖ ਮੌਤ ਇੱਕ ਟੱਲ ਚਾਹੀਏ, ਮਰਨਾ ਹੀ ਮਰਨਾ ਸਭ ਨੇ, ਹਾਂ ਜੀ ਫਿਰ ਯਾਰ ਸਾਰਾ ਦਿਨ ਆਪਦੇ ਭੈਣ ਭਰਾਵਾਂ ਨਾਲ ਸ਼ਰੀਕਾ ਪਾ ਕੇ ਕਿਉਂ ਮਰਨਾ ਸੀ? ਸਹੀ ਗੱਲ ਹੈ। ਹੁਣ ਲੋਕ ਕੀ ਕਹਿੰਦੇ ਕਿ ਯਾਰ ਦੋਸਤ ਪਹਿਲਾਂ ਹੈ, ਭੈਣ ਭਰਾ ਸ਼ਰੀਕ ਹੈ। ਯਾਰ ਜਦੋਂ ਯਾਰੀ ਦੋਸਤੀ ਦਾ ਆਪਾਂ ਨੂੰ ਮਤਲਬ ਨਹੀਂ ਸੀ ਪਤਾ, ਜਦੋਂ ਆਪਾਂ ਨੂੰ ਭੈਣ ਭਰਾ ਦਾ ਮਤਲਬ ਪਤਾ ਲੱਗ ਗਿਆ ਸੀ, ਸਹੀ ਗੱਲ ਹੈ ਵੀ। ਕਿਉਂਕਿ ਇਕੱਠੇ ਜਨਮੇ ਆ, ਜਿਹੜਾ ਵੱਡਾ ਭੈਣ ਭਰਾ ਉਹਨਾਂ ਨੇ ਆਪਾਂ ਨੂੰ ਖੜਾਇਆ ਵੀ ਹੈ ਹਨਾ, ਉਹਨਾਂ ਨੂੰ ਵੀ ਮੋਹ ਸੀ ਤੇ ਆਪਾਂ ਨੂੰ ਮੋਹ ਸੀ, ਜੇ ਆਪਣੇ ਜੇ ਇੱਕ ਨਾ ਵਗ ਜਾਣਾ ਨਾਨਕੀ ਜਾਣਾ ਜਾਂ ਭੂਆ ਕੋਲ ਜਾਣਾ, ਦੂਜਾ ਨਾ ਰੋਂਦਾ ਹੁੰਦਾ ਸੀਗਾ ਵੀ ਯਾਰ ਕਿਉਂ ਇਹ ਕੰਮ, ਵੀ ਉਹ ਵਗ ਕਿਉਂ ਗਿਆ। ਤੇ ਹੁਣ ਯਾਰ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਹੈਗੇ ਲੋਕ, ਪਤਾ ਨਹੀਂ ਕੀ ਪੈਸੇ ਨੇ ਭਾਈ ਇੰਨੀ ਹੋੜ ਲਵਾਤੀ, ਇੱਕ ਲੋਕਾਂ ਦਾ ਦਿਮਾਗ ਹੋਰ ਖਰਾਬ ਹੈ ਵੀ ਯਾਰੀ ਦੋਸਤੀ, ਯਾਰੀ ਦੋਸਤੀ। ਯਾਰ ਯਾਰੀ ਦੋਸਤੀ ਹੈਗੀ ਆ ਵੀ ਖਾਂਦੀ ਹੈ, ਯਾਰੀ ਦੋਸਤੀ ਤੁਹਾਨੂੰ 10ਵੀਂ 11ਵੀਂ 12ਵੀਂ ਤੋਂ ਬਾਅਦ ਮਿਲੀ ਹੈ, ਹਾਂ। ਪਹਿਲਾਂ ਤੁਹਾਨੂੰ ਭੈਣ ਭਰਾ ਮਿਲੇ ਨੇ ਜਿਹੜੇ ਮਿਲੇ, ਠੀਕ ਹੈ, ਤੇ ਇਹਨਾਂ ਹੁਣ ਚੀਜ਼ਾਂ ਮੇਰੇ ਸੰਭਾਲ ਦਾਦੇ ਕੇ ਦੀ ਜਿਹੜੀ ਲਾਦ ਆ ਜੇ ਆਪਾਂ ਉਹਨਾਂ ਨੂੰ ਕਹੀਏ ਸ਼ਰੀਕ ਨਹੀਂ ਹੈਗੇ, ਜੇ ਵਰਤਾਂਗੇ ਤਾਂ ਉਹ ਵੀ ਭੈਣ ਭਰਾ ਨੇ। ਹਾਂ ਠੀਕ ਹੈ ਵੀ ਜਦੋਂ ਤੁਸੀਂ ਕਿਸੇ ਸ਼ਬਦ ਨੂੰ ਨਵੇਂ ਨੂੰ ਜਨਮ ਹੀ ਦੇਣਾ, ਕਿਸੇ ਨਾਲ ਵਰਤਣਾ ਨਹੀਂ ਚਾਹੁੰਦੇ, ਟੁੱਟਣਾ ਚਾਹੁੰਦੇ ਹੋ, ਤਾਂ ਯਾਰ ਕਹਿ ਦਿਓ ਵੀ ਸ਼ਰੀਕ ਆਪਣਾ ਕੀ ਹੈ, ਕਿਉਂਕਿ ਜਦੋਂ ਤੁਸੀਂ ਸ਼ਰੀਕ ਸ਼ਬਦ ਕਹਿ ਦਿੱਤਾ ਤੁਹਾਡੀ 80% ਬੋਲਤੀ ਉਹ ਬੰਦੇ ਦੇ ਪ੍ਰਤੀ ਸ਼ੋਰ ਹੋ ਗਈ ਵੀ ਯਾਰ ਤੁਸੀਂ ਵੀ ਉਹਨੂੰ ਲੜਾਈ ਦਾ ਕਾਰਨ ਬਣ ਲੜਾਈ ਦਾ ਗਿਆ। ਕਾਰਨ ਬਣ ਗਿਆ, ਤੁਹਾਡੇ ਮਨ 'ਚ ਉਹਦੇ ਪ੍ਰਤੀ ਕੋਈ ਨਾ ਕੋਈ ਨਫ਼ਰਤ ਹੈ, ਤਾਂ ਤੁਸੀਂ ਸ਼ਰੀਕ ਕਹੋਗੇ, ਨਹੀਂ ਤੁਸੀਂ ਸ਼ਰੀਕ ਕਹਿੰਦੇ ਨਹੀਂ ਕਿਸੇ ਨੂੰ। ਨਹੀਂ ਜੇ ਹੁਣ ਮੈਨੂੰ ਕੋਈ ਪੁੱਛੂਗਾ ਵੀ ਯਾਰ ਕਾਲਾ ਕੌਣ ਹੈ, ਬੋਗਾ ਕੌਣ ਹੈ, ਲਾਲਾ ਕੌਣ ਹੈ, ਗੀਪਾ ਕੌਣ ਹੈ, ਤਾਂ ਮੈਂ ਆਖੂ ਯਾਰ ਮੇਰੇ ਭਰਾ ਹੈ, ਕੋਈ ਸਗਾ ਭਰਾ, ਕੋਈ ਚਾਚੇ ਦਾ ਮੁੰਡਾ, ਕੋਈ ਤਾਏ ਦਾ ਮੁੰਡਾ, ਇਹ ਸ਼ਬਦ ਹੈ। ਕੋਈ ਪੁੱਛੂ ਅਰਸ਼ ਕੌਣ ਹੈ, ਮੇਰਾ ਯਾਰ ਦੋਸਤ ਹੈ, ਜੇ ਤੁਸੀਂ ਕਹੋਗੇ ਵੀ ਉਹ ਤਾਂ ਉਹ ਤਾਂ ਵੀ ਸ਼ਰੀਕ ਨਹੀਂ ਯਾਰ, ਮਾੜਾ ਬੰਦਾ ਜਾਏ ਆ, ਫਿਰ ਹਾਂ ਉੱਥੇ ਗੱਲ ਆ ਗਈ। ਜਦੋਂ ਤੁਸੀਂ ਸ਼ਰੀਕ ਕਹਿੰਦੇ ਤਾਂ ਸਾਰਾ ਕੁਝ ਆ ਗਿਆ ਵੀ ਯਾਰ ਸ਼ਰੀਕੇ ਸ਼ਰੀਕੇ ਸਾਡਾ ਉਹ, ਤਾਂ ਫਿਰ ਉਹ ਸਾਰਾ ਕੁਝ ਉਹਦੇ ਵਿੱਚ ਆ ਗਿਆ ਵੀ ਤੁਹਾਡੇ ਮਨ 'ਚ ਉਹਦੇ ਪ੍ਰਤੀ ਕਿਤੇ ਨਾ ਕਿਤੇ ਕੋਈ ਨਾ ਕੋਈ ਨਫ਼ਰਤ ਹੈਗੀ ਆ, ਬਸ ਸਾਫ਼ ਜੀ ਗੱਲ ਤਾਂ ਸ਼ਰੀਕਾ ਸ਼ਬਦ ਦਾ ਇਹ ਮਤਲਬ ਹੈ, ਹੋਰ ਕੁਝ ਨਹੀਂ। ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ ਸ਼ਬਦ ਨੂੰ ਯੂਜ਼ ਕੀਤਾ ਜਾਂਦਾ।